ਹਾਂ ਜੀ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਜਿਹੜੀ ਪੀਐਮ ਆਵਾਸ ਯੋਜਨਾ ਹੈ, ਜਿਹਦੇ ਦੇ ਵਿੱਚ ਕਿ ਤੁਹਾਨੂੰ ਪੱਕੇ ਮਕਾਨ ਬਣਾਉਣ ਦੇ ਲਈ ਸਰਕਾਰ ਮਦਦ ਕਰਦੀ ਹੈ, ਉਹ ਜਿਹੜੀ ਸਕੀਮ ਹੈ ਦੁਬਾਰਾ ਤੋਂ ਸ਼ੁਰੂ ਹੋ ਚੁੱਕੀ ਹੈ, ਉਹਦੇ ਫਾਰਮ ਜਿਹੜੇ ਭਰਨੇ ਸ਼ੁਰੂ ਹੋ ਚੁੱਕੇ ਨੇ ਅਤੇ ਘਰ ਬਣਾਉਣ ਦੇ ਲਈ ਸਰਕਾਰ ਇਹ ਪੈਸਾ ਦੇ ਰਹੀ ਹੈ ਅਤੇ ਔਨਲਾਈਨ ਇਹਦੇ ਫਾਰਮ ਭਰੇ ਜਾ ਰਹੇ ਨੇ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਓ ਕਿ ਕਿਹਨਾਂ ਲੋਕਾਂ ਨੂੰ ਫਾਇਦਾ ਹੋਵੇਗਾ, ਉਹਨਾਂ ਸਾਰਿਆਂ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਕਿ ਕਿਹਨਾਂ ਕਿਹਨਾਂ ਲੋਕਾਂ ਨੂੰ ਇਹ ਫਾਇਦਾ ਹੋਣ ਵਾਲਾ ਹੈ। ਠੀਕ ਹੈ ਜੀ, ਸਰਕਾਰ ਕੀ ਬੈਨੀਫਿਟ ਦੇ ਰਹੀ ਹੈ ਕੱਚੇ ਮਕਾਨਾਂ ਵਾਲਿਆਂ ਨੂੰ ਔਰ ਆਪਣੇ ਪੱਕੇ ਮਕਾਨ ਬਣਾਉਣ ਦੇ ਲਈ। ਤਾਂ ਦੋਸਤੋ, ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲ ਲੱਗਦੇ ਘੰਟੀ ਦਾ ਬਟਨ ਦਬਾ ਕੇ ਉਹ ਤਾਂ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ, ਤੁਹਾਨੂੰ ਦੱਸਣਾ ਚਾਹਾਂਗਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਅਤੇ ਇਹਦੇ ਵਿੱਚ ਦੋਸਤੋ ਤੁਹਾਨੂੰ 1.5 ਤੋਂ 2.5 ਲੱਖ ਰੁਪਏ ਤੱਕ ਜਿਹੜੀ ਸਬਸਿਡੀ ਹੈ ਸਰਕਾਰ ਦੇ ਰਹੀ ਹੈ, ਅਤੇ ਇਹ ਜਿਹੜਾ ਪੈਸਾ ਹੈ ਸਰਕਾਰ ਘਰ ਖਰੀਦਣ ਦੇ ਲਈ ਦੇਵੇਗੀ ਤੁਹਾਨੂੰ। ਠੀਕ ਹੈ ਜੀ, ਉਹਦੇ ਲਈ ਉਹਦੇ ਵਾਸਤੇ ਤੁਸੀਂ ਕੀ ਕਰਨਾ ਪਏਗਾ, ਇਸ ਵੀਡੀਓ ਦੇ ਵਿੱਚ ਆਓ ਆਪਾਂ ਜਾਣਦੇ ਹਾਂ। ਹਾਂਜੀ ਦੋਸਤੋ, ਆਪਾਂ ਆ ਚੁੱਕੇ ਹਾਂ ਆਰਟੀਕਲ 'ਤੇ, ਪ੍ਰਧਾਨ ਮੰਤਰੀ ਆਵਾਸ ਯੋਜਨਾ ਔਨਲਾਈਨ ਅਪਲਾਈ 2024। ਠੀਕ ਹੈ ਜੀ, ਆਵਾਸ ਯੋਜਨਾ ਦੀ ਮਦਦ ਦੇ ਨਾਲ ਆਪਣਾ ਪੱਕਾ ਘਰ ਬਣਾਓ, 6.5% ਦੀ ਵਿਆਜ ਹੈ ਜਿਹੜੀ ਉੱਤੇ ਕਰਜ਼ਾ ਸਰਕਾਰ ਦੇਵੇਗੀ, ਅਤੇ ਤੁਹਾਨੂੰ ਉਹਦੇ ਵਿੱਚ ਦੋਸਤੋ 1.3 ਲੱਖ ਤੋਂ ਯਾਨੀ 1,30,000 ਤੋਂ ਲੈ ਕੇ 2.5 ਲੱਖ ਦੀ ਇਹ ਸਬਸਿਡੀ ਵੀ ਸਰਕਾਰ ਉਸ 'ਤੇ ਦੇਵੇਗੀ। ਤਾਂ ਦੋਸਤੋ, ਆਓ ਜਾਣਦੇ ਹਾਂ ਸਾਰਾ ਵੇਰਵਾ। ਹਰ ਕੋਈ ਰਹਿਣ ਦੇ ਲਈ ਪੱਕਾ ਘਰ ਚਾਹੁੰਦਾ ਹੈ, ਸਾਰੇ ਲੋਕ ਆ ਜਿਹੜੇ ਅੱਜ ਵੀ ਕੱਚੇ ਮਕਾਨ ਦੇ ਵਿੱਚ ਰਹਿੰਦੇ ਨੇ, ਜਿਹੜੇ ਬਹੁਤ ਸਾਰੇ ਲੋਕ ਨੇ ਦੋਸਤੋ ਹਜੇ ਵੀ ਕੱਚੇ ਮਕਾਨਾਂ 'ਤੇ ਰਹਿੰਦੇ ਨੇ। ਪਿੰਡਾਂ 'ਚ ਖਾਸ ਕਰ ਇਹ ਸੰਖਿਆ ਜ਼ਿਆਦਾ ਹੈ ਲੋਕਾਂ ਦੀ ਜਿਹੜੇ ਕਿ ਕੱਚੇ ਮਕਾਨਾਂ ਦੇ ਵਿੱਚ ਰਹਿੰਦੇ ਨੇ। ਅੱਜ ਵੀ ਖਾਸ ਕਰਕੇ ਪੇਂਡੂ ਖੇਤਰਾਂ ਦੇ ਵਿੱਚ ਇਹਨਾਂ ਲੋਕਾਂ ਕੋਲ ਪੱਕੇ ਮਕਾਨ ਨਹੀਂ ਹਨ। ਸਰਕਾਰ ਨੇ ਇਸ ਸਮੱਸਿਆ ਨੂੰ ਪਛਾਣ ਲਿਆ ਹੈ ਅਤੇ ਇਸ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਕਾਫੀ ਸਮਾਂ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਦੇ ਤਹਿਤ ਸਰਕਾਰ ਵੱਲੋਂ ਉਹਨਾਂ ਲੋਕਾਂ ਯਾਨੀ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਯਾਨੀ ਕਿ ਪੈਸੇ ਵਜੋਂ ਸਹਾਇਤਾ ਦਿੱਤੀ ਜਾਂਦੀ ਹੈ, ਜੋ ਆਰਥਿਕ ਤੌਰ 'ਤੇ ਆਪਣੇ ਘਰ ਬਣਾਉਣ ਦੇ ਵਿੱਚ ਅਸਮਰਥ ਹਨ। ਇਹ ਯੋਜਨਾ ਹਜੇ ਵੀ ਜਾਰੀ ਹੈ ਜੀ। ਤੁਹਾਨੂੰ ਦੋਸਤੋ, ਇਹ ਯੋਜਨਾ ਪਿੱਛੇ ਕੁਛ ਟਾਈਮ ਦੇ ਲਈ ਬੰਦ ਹੋ ਗਈ ਸੀ, ਪਰ ਇਹ ਯੋਜਨਾ ਹੈ ਜਿਹੜੀ ਹੁਣ ਦੁਬਾਰਾ ਫਿਰ ਜਾਰੀ ਹੋ ਚੁੱਕੀ ਹੈ। ਜੇਕਰ ਤੁਸੀਂ ਵੀ ਇਸ ਯੋਜਨਾ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਸੀਂ ਪੂਰੀ ਦੇਖਣੀ ਹੈ। ਤਾਂ ਦੋਸਤੋ, ਇਸ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇਗੀ। ਇੱਥੇ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਈ ਅਰਜ਼ੀ ਕਿਵੇਂ ਦੇ ਸਕਦੇ ਹੋ, ਅਸੀਂ ਯੋਗਤਾ ਉਦੇਸ਼ ਦਸਤਾਵੇਜ਼ ਅਤੇ ਲਾਭ ਅਤੇ ਵਿਸ਼ੇਸ਼ਤਾਵਾਂ ਕੀ ਹਨ, ਇਸ ਸਕੀਮ ਦੀਆਂ ਪੂਰੀ ਜਾਣਕਾਰੀ ਸਮਝਣ ਲਈ ਤੁਹਾਨੂੰ ਐਂਡ ਤੱਕ ਇਸ ਵੀਡੀਓ ਨੂੰ ਦੇਖਣਾ ਪਏਗਾ। ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇਸ਼ ਦੇ ਉਹਨਾਂ ਗਰੀਬ ਲੋਕਾਂ ਦੇ ਲਈ ਬਹੁਤ ਹੀ ਲਾਹੇਮੰਦ ਸਾਬਿਤ ਹੋ ਰਹੀ ਹੈ, ਜੋ ਹਜੇ ਵੀ ਕੱਚੇ ਮਕਾਨਾਂ ਅਤੇ ਝੁੱਗੀਆਂ ਦੇ ਵਿੱਚ ਰਹਿੰਦੇ ਹਨ। ਇਸ ਸਕੀਮ ਦੇ ਕਾਰਨ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਰਹਿੰਦੇ ਲੱਖਾਂ ਵਸਨੀਕਾਂ ਦਾ ਪੱਕਾ ਮਕਾਨ ਦਾ ਮਾਲਕ ਬਣਨ ਦਾ ਸੁਪਨਾ ਪੂਰਾ ਹੋ ਰਿਹਾ ਹੈ। ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕ ਜਿਨ੍ਹਾਂ ਦੀਆਂ ਤਨਖਾਹਾਂ ਬਹੁਤ ਘੱਟ ਹਨ, ਆਪਣੇ ਘਰ ਬਣਾਉਣ ਦੇ ਵਿੱਚ ਅਸਮਰਥਨ ਜਾਂ ਫਿਰ ਉਹਨਾਂ ਦੀ ਕਮਾਈ ਬਹੁਤ ਘੱਟ ਹੈ, ਜਿਹੜੇ ਕਿ ਪੱਕੇ ਮਕਾਨ ਨਹੀਂ ਬਣਾ ਸਕਦੇ, ਉਹਨਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਜਿਹੜੀ ਉਹ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਘਰ ਬਣਾ ਸਕਣ। ਇਸ ਦੇ ਲਈ ਲਾਭਪਾਤਰੀਆਂ ਨੂੰ ਸਹੀ ਚੈਨਲ ਰਾਹੀਂ ਅਪਲਾਈ ਕਰਨਾ ਹੋਵੇਗਾ। ਸਰਕਾਰ ਮਕਾਨ ਬਣਾਉਣ ਦੇ ਲਈ ਮਿਲਣ ਵਾਲੀ ਰਾਸ਼ੀ 'ਤੇ ਸਬਸਿਡੀ ਵੀ ਦਿੰਦੀ ਹੈ। ਜੀ ਹਾਂ ਦੋਸਤੋ, ਜਿਹੜੇ ਤੁਹਾਨੂੰ ਅਪਲਾਈ ਕਰਨ ਤੋਂ ਬਾਅਦ ਪੈਸਾ ਮਿਲੇਗਾ ਉੱਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਇਹ ਇੱਕ ਲੋਨ ਵਾਂਗੂ ਕੰਮ ਕਰਦਾ ਹੈ। ਜਦੋਂ ਤੁਸੀਂ ਇਹ ਫਾਰਮ ਭਰੋਗੇ ਤਾਂ ਦੋਸਤੋ ਬੈਂਕ ਵੱਲੋਂ ਤੁਹਾਨੂੰ ਲੋਨ ਦਿੱਤਾ ਜਾਏਗਾ, ਤਾਂ ਉਸ ਲੋਨ ਦੇ ਵਿੱਚ ਤੁਹਾਨੂੰ ਕਿੰਨਾ ਜੀ 1,00,000
30,000 ਰੁਪਏ ਤੋਂ ਲੈ ਕੇ ਠੀਕ ਹੈ ਜੀ 2.5 ਲੱਖ ਰੁਪਏ ਤੱਕ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ। ਤਾਂ ਉਸ ਤੋਂ ਅੱਗੇ ਤੁਸੀਂ ਦੇਖ ਹੀ ਸਕਦੇ ਹੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਕਿੰਨੀ ਸਬਸਿਡੀ ਦਿੱਤੀ ਜਾਂਦੀ ਹੈ। ਸਰਕਾਰ ਦੁਆਰਾ ਚਲਾਈ ਜਾ ਰਹੀ ਇਸ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰੀ ਖੇਤਰਾਂ ਜਾਂ ਫਿਰ ਪੇਂਡੂ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ 1,20,000 ਰੁਪਏ ਜਾਂ ਫਿਰ 2.5 ਲੱਖ ਰੁਪਏ ਤੱਕ ਦੀ ਸਬਸਿਡੀ ਵੱਖ ਵੱਖ ਖੇਤਰਾਂ ਦੇ ਹਿਸਾਬ ਦੇ ਨਾਲ ਵੱਖ ਵੱਖ ਸਬਸਿਡੀ ਜਾਰੀ ਕੀਤੀ ਜਾਂਦੀ ਹੈ। ਠੀਕ ਹੈ ਜੀ, ਕੋਈ ਸ਼ਹਿਰੀ ਦੇ ਵਿੱਚ ਹੁੰਦਾ ਹੈ ਅਤੇ ਕੋਈ ਗ੍ਰਾਮੀਣ ਇਲਾਕਿਆਂ ਦੇ ਵਿੱਚ ਹੁੰਦਾ, ਉਸਨੂੰ ਉਸਦੇ ਹਿਸਾਬ ਦੇ ਨਾਲ ਹੀ ਵੱਖ ਵੱਖ ਸਬਸਿਡੀ ਦਿੱਤੀ ਜਾਂਦੀ ਹੈ। ਤੁਹਾਡੀ ਸਬਸਿਡੀ ਦੀ ਰਕਮ ਸਿੱਧੀ ਬੈਂਕ ਟ੍ਰਾਂਸਫਰ ਸਿਸਟਮ ਰਾਹੀਂ ਯਾਨੀ ਕਿ DBT ਰਾਹੀਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਜਿਹੜੀ ਹੈ ਤੁਹਾਡੇ ਖਾਤਿਆਂ ਦੇ ਵਿੱਚ ਭੇਜ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਕੀ ਉਦੇਸ਼ ਹਨ ਜੀ, ਇਸ ਦੀ ਗੱਲ ਕਰੀਏ ਤਾਂ ਦੋਸਤੋ ਇਸ ਸਕੀਮ ਦਾ ਮੁੱਖ ਉਦੇਸ਼ ਗਰੀਬ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਪਰਿਵਾਰ ਨੂੰ ਆਪਣੇ ਪੱਕੇ ਮਕਾਨ ਬਣਾਉਣ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਅੱਜ ਵੀ ਲੱਖਾਂ ਲੋਕਾਂ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋ ਰਿਹਾ, ਪਰ ਸੁਪਨੇ ਸਾਕਾਰ ਕਰਨ ਦੇ ਲਈ ਇਹ ਸਕੀਮ ਬਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲੋਕਾਂ ਨੂੰ ਬਰਾਬਰ ਲਾਭ ਮਿਲ ਰਿਹਾ ਹੈ, ਭਾਵੇਂ ਉਹ ਪੇਂਡੂ ਖੇਤਰ ਵਿੱਚ ਹਨ ਜਾਂ ਫਿਰ ਸ਼ਹਿਰੀ ਖੇਤਰ ਦੇ ਵਿੱਚ। ਜੀ ਹਾਂ ਦੋਸਤੋ, ਸਾਰੇ ਲੋਕਾਂ ਨੂੰ ਇਸ ਦਾ ਸਾਰਿਆਂ ਨੂੰ ਲਾਭ ਮਿਲ ਰਿਹਾ। ਤਾਂ ਹੁਣ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ, ਪ੍ਰਧਾਨ ਮੰਤਰੀ ਆਵਾਸ ਯੋਜਨਾਵਾਂ ਦੇ ਲਾਭ ਅਤੇ ਵਿਸ਼ੇਸ਼ਤਾਵਾਂ ਕੀ ਹਨ। ਪਹਿਲੇ ਦੀ ਗੱਲ ਕਰੀਏ ਤਾਂ ਦੋਸਤੋ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹਨਾਂ ਤੁਹਾਨੂੰ ਜਿਹੜੀ ਬਹੁਤ ਹੀ ਘੱਟ ਵਿਆਜ ਦਰ 'ਤੇ 20 ਸਾਲ ਤੱਕ ਦਾ ਇਹ ਜਿਹੜਾ ਕਰਜ਼ਾ ਮਿਲਦਾ ਹੈ। ਠੀਕ ਹੈ ਜੀ, ਤੁਸੀਂ ਲੋਨ ਲੈਂਦੇ ਹੋ, ਜੋ ਤੁਸੀਂ ਲੋਨ ਲੈਂਦੇ ਹੋ ਉਸ 'ਤੇ ਤੁਹਾਨੂੰ 6.50 ਠੀਕ ਹੈ ਜੀ, ਯਾਨੀ 6.5% ਵਿਆਜ ਦੇਣਾ ਪੈਂਦਾ ਹੈ, ਜਿਹੜਾ ਕਿ ਬਹੁਤ ਹੀ ਨਾਮਾਤਰ ਹੈ ਦੋਸਤੋ। ਜੇ 20 ਸਾਲ ਦੀ ਗੱਲ ਕਰੀਏ ਤਾਂ ਬਹੁਤ ਹੀ ਘੱਟ ਵਿਆਜ ਦਰਾਂ ਦੇ ਨਾਲ ਲੋਕਾਂ ਦੇ ਖਾਸ ਸਮੂਹਾਂ ਜਿਵੇਂ ਕਿ ਅਪਾਹਜ ਲੋਕਾਂ ਜਾਂ ਫਿਰ ਸੀਨੀਅਰ ਨਾਗਰਿਕਾਂ ਨੂੰ ਕਰਜ਼ੇ ਦਿੱਤੇ ਜਾਂਦੇ ਹਨ। ਮੈਦਾਨੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਯੋਗ ਨਾਗਰਿਕਾਂ ਨੇ ਉਹਨਾਂ ਨੂੰ 1,20,000 ਤੱਕ ਦੀ ਸਹਾਇਤਾ ਦਿੱਤੀ ਜਾਂਦੀ ਹੈ, ਜਦਕਿ ਪਹਾੜੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ 1,30,000 ਰੁਪਏ ਦੀ ਹੈ ਜਿਹੜੀ ਦਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਜਿਵੇਂ ਕਿ ਲੋਨ ਤੋਂ ਬਾਅਦ ਜਿਹੜਾ ਆਪਾਂ ਭਰਾਂਗੇ ਉਸ ਤੋਂ ਬਾਅਦ ਇਹ ਜਿਹੜੀ ਸਬਸਿਡੀ ਹੈ ਉਹ ਸਬਸਿਡੀ ਦੇ ਰੂਪ 'ਚ ਮਾਫ ਕਰ ਦਿੱਤੀ ਜਾਵੇਗੀ, ਉਹ ਅੱਧਾ ਹੀ ਲੋਨ ਆਪਾਂ ਨੂੰ ਭਰਨਾ ਪਵੇਗਾ। ਇਸ ਯੋਜਨਾ ਦੇ ਤਹਿਤ ਜੇਕਰ ਤੁਸੀਂ ਆਪਣੇ ਘਰ ਵਿੱਚ ਟਾਇਲ ਲਗਾਉਂਦੇ ਹੋ, ਠੀਕ ਹੈ ਜੀ, ਟਾਇਲ ਬਣਾਉਂਦੇ ਹੋ ਜਾਂ ਲਗਾਉਂਦੇ ਹੋ, ਤਾਂ ਤੁਹਾਨੂੰ 12,000 ਰੁਪਏ ਦਾ ਤੱਕ ਦਾ ਜਿਹੜੀ ਵਾਧੂ ਸਹਾਇਤਾ ਵੀ ਦਿੱਤੀ ਜਾਂਦੀ ਹੈ ਜੇ ਤੁਸੀਂ ਟਾਇਲਾਂ ਆਪਣੇ ਘਰ ਦੇ ਵਿੱਚ ਲਗਾਉਂਦੇ ਹੋ। ਠੀਕ ਹੈ ਜੀ, ਸਕੀਮ ਦੇ ਤਹਿਤ ਪ੍ਰਧਾਨ ਮੰਤਰੀ ਵਾਲੀ ਸਕੀਮ ਦੇ ਵਿੱਚ ਹੋਈ ਰਕਮ ਸਿੱਧੇ ਤੁਹਾਡੇ ਖਾਤੇ ਦੇ ਵਿੱਚ ਜੇ ਟ੍ਰਾਂਸਫਰ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜਿਹੜੀ ਰਕਮ ਹੈ ਉਹ ਸਿੱਧੀ ਤੁਹਾਡੇ ਖਾਤੇ ਦੇ ਵਿੱਚ ਪਾ ਦਿੱਤੀ ਜਾਵੇਗੀ। ਠੀਕ ਹੈ ਜੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਲਈ ਯੋਗਤਾ ਕੀ ਹਨ, ਜੇ ਇਸ ਦੀ ਗੱਲ ਕਰੀਏ ਯੋਗਤਾ ਦੀ, ਤਾਂ ਆਪਾਂ ਯੋਗਤਾ ਜਾਣ ਲਈਏ ਸਿਰਫ ਭਾਰਤ ਦੇ 27 ਨਿਵਾਸੀ ਇਸ ਸਰਕਾਰੀ ਸਕੀਮ ਦੇ ਲਈ ਅਪਲਾਈ ਕਰ ਸਕਦੇ ਹਨ। ਠੀਕ ਹੈ ਜੀ, ਪੱਕਾ ਨਿਵਾਸੀ ਹੋਣਾ ਚਾਹੀਦਾ, ਆਧਾਰ ਕਾਰਡ ਹੋਵੇ ਉਹਦੇ ਕੋਲ ਅਤੇ ਬਹੁਤ ਟਾਈਮ ਦਾ ਭਾਰਤ ਦੇ ਵਿੱਚ ਹੀ ਰਹਿੰਦਾ ਹੋਵੇ। ਸਕੀਮ ਦੇ ਲਈ ਸਰਕਾਰੀ ਅਪਲਾਈ ਕਰਨ ਵਾਲੇ ਵਿਅਕਤੀ ਕੋਲ ਪਹਿਲਾਂ ਤੋਂ ਹੀ ਪੱਕਾ ਮਕਾਨ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ, ਮਕਾਨ ਨਹੀਂ ਹੋਣਾ ਚਾਹੀਦਾ। ਅਪਲਾਈ ਕਰਨ ਵਾਲੇ ਵਿਅਕਤੀ ਦੀ ਘੱਟੋ ਘੱਟ ਉਮਰ ਹੈ ਜਿਹੜੀ ਉਹ 18 ਸਾਲ ਹੋਣੀ ਚਾਹੀਦੀ ਹੈ। ਤੁਸੀਂ ਦੇਖ ਸਕਦੇ ਹੋ 18 ਸਾਲ ਇਹਨਾਂ ਦੀ ਉਮਰ ਦੱਸੀ ਹੋਈ ਹੈ। ਅਪਲਾਈ ਕਰਨ ਵਾਲੇ ਵਿਅਕਤੀ ਸਾਲਾਨਾ ਆਮਦਨ ਹੈ ਜਿਹੜੀ 3 ਲੱਖ ਤੋਂ 6 ਲੱਖ ਦੇ ਵਿਚਕਾਰ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਘੱਟ ਹੈ ਤਾਂ ਉਹ ਵੀ ਚੱਲੇਗੀ, ਪਰ ਜਿਹੜੀ ਹੈ 6 ਲੱਖ ਦੇ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਇਹ 3 ਲੱਖ ਇਹਨਾਂ ਨੇ ਤਾਂ ਦੱਸਿਆ ਕਿਉਂਕਿ ਦੋਸਤੋ ਲੋਨ ਵੀ ਭਰਨਾ ਹੁੰਦਾ ਹੈ। ਠੀਕ ਹੈ ਜੀ, ਬਿਹਤਰ ਹੋਵੇਗਾ ਜੇਕਰ ਅਪਲਾਈ ਕਰਨ ਵਾਲੇ ਵਿਅਕਤੀ ਦਾ ਨਾਮ ਰਾਸ਼ਨ ਕਾਰਡ ਜਾਂ BPL ਸੂਚੀ ਦੇ ਵਿੱਚ ਹੋਵੇ। ਜੇ ਤੁਹਾਡਾ ਦੋਸਤੋ ਕਾਰਡ BPL ਬਣਿਆ ਹੋਇਆ ਹੈ, ਠੀਕ ਹੈ ਜੀ, BPL ਕਾਰਡ ਤੁਹਾਡਾ ਬਣਿਆ ਹੋਇਆ ਹੈ ਅਤੇ ਤੁਹਾਡਾ ਜਿਹੜਾ ਨਾਮ ਹੈ, ਠੀਕ ਹੈ ਜੀ, ਤੁਹਾਡਾ ਨਾਮ ਰਾਸ਼ਨ ਕਾਰਡ ਦੇ ਵਿੱਚ ਹੈ, ਚਾਹੇ ਉਹ BPL ਦੇ ਵਿੱਚ ਹੋਵੇ, ਠੀਕ ਹੈ ਜੀ,
ਤਾਂ ਇਹ ਬਹੁਤ ਹੀ ਚੰਗੀ ਗੱਲ ਹੋਵੇਗੀ। ਤੁਹਾਨੂੰ ਜਲਦੀ ਹੀ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ। ਅਪਲਾਈ ਕਰਨ ਵਾਲੇ ਵਿਅਕਤੀ ਕੋਲ ਆਪਣਾ ਵੋਟਰ ਆਈਡੀ ਕਾਰਡ ਹੋਣਾ ਚਾਹੀਦਾ ਹੈ, ਯਾਨੀ ਕਿ ਵੋਟਰ ਆਈਡੀ ਕਾਰਡ ਬਹੁਤ ਹੀ ਜ਼ਰੂਰੀ ਮੰਗਿਆ ਗਿਆ ਹੈ ਇਸ ਸਕੀਮ ਦੇ ਵਿੱਚ। ਤਾਂ ਦੋਸਤੋ, ਇਸ ਸਕੀਮ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਜੇ ਆਪਾਂ ਅਪਲਾਈ ਕਰਦੇ ਹਾਂ ਤਾਂ ਇਹਦੇ ਵਿੱਚ ਤਾਂ ਆਪਾਂ ਨੂੰ ਕੀ ਕਾਗਜ਼ ਲੱਗਣਗੇ, ਕੀ ਦਸਤਾਵੇਜ਼ ਲੱਗਣ ਵਾਲੇ? ਪਹਿਲੇ ਦੀ ਗੱਲ ਕਰੀਏ ਤਾਂ ਦੋਸਤੋ, ਆਧਾਰ ਕਾਰਡ ਜਿਹੜਾ ਕਿ ਤੁਸੀਂ ਜਾਣਦੇ ਹੋ ਸਭ ਤੋਂ ਜ਼ਰੂਰੀ ਹੈ। ਦੂਸਰੇ ਦੀ ਗੱਲ ਕਰੀਏ ਤਾਂ ਦੋਸਤੋ, ਇੱਕ ਫੋਟੋ ਲੱਗੇਗੀ, ਪਾਸਪੋਰਟ ਸਾਈਜ਼, ਠੀਕ ਹੈ ਜੀ। ਲਾਭਪਾਤਰੀ ਦਾ ਜੋਬ ਕਾਰਡ, ਜਿੱਥੇ ਤੁਸੀਂ ਕੰਮ ਵਗੈਰਾ ਕਰਦੇ ਹੋ ਉੱਥੇ ਤੋਂ ਤੁਹਾਨੂੰ ਜੋਬ ਕਾਰਡ ਮਿਲਿਆ ਹੋਏਗਾ, ਠੀਕ ਹੈ ਜੀ। ਜਾਂ ਫਿਰ ਤੁਹਾਡਾ ਆਈਡੈਂਟੀ ਪਰੂਫ ਹੈ ਜਿਹੜਾ, ਉਹ ਵੋਟਰ ਕਾਰਡ ਵੀ ਚੱਲ ਸਕਦਾ ਹੈ। ਪਾਸਬੁੱਕ, ਜਿਹੜੀ ਬੈਂਕ ਪਾਸਬੁੱਕ ਦੀ ਕਾਪੀ ਹੈ, ਉਹ ਵੀ ਤੁਹਾਡੀ ਚੱਲੇਗੀ, ਕਿਉਂਕਿ ਦੋਸਤੋ ਉਸ ਦੇ ਵਿੱਚ ਇਹ ਸਬਸਿਡੀ ਦਾ ਜਿਹੜਾ ਪੈਸਾ ਉਹ ਆਉਣਾ ਹੈ। ਸਵੈ ਭਾਰਤ ਮਿਸ਼ਨ ਰਜਿਸਟ੍ਰੇਸ਼ਨ ਨੰਬਰ, ਠੀਕ ਹੈ ਜੀ। ਸਵੱਛ ਭਾਰਤ ਜਿਹੜਾ ਮਿਸ਼ਨ ਹੈ ਉਹਦਾ ਰਜਿਸਟ੍ਰੇਸ਼ਨ ਨੰਬਰ ਚੱਲੇਗਾ। ਜੇ ਤੁਸੀਂ ਕਦੇ ਇਹ ਸਵੱਛ ਭਾਰਤ ਮਿਸ਼ਨ ਦੇ ਰਾਹੀਂ ਤੁਸੀਂ ਪਾਰਟੀਸਪੇਟ ਕੀਤਾ ਹੈ, ਠੀਕ ਹੈ ਜੀ, ਇਹ ਵੀ ਤੁਹਾਨੂੰ ਮਿਲੇਗਾ, ਠੀਕ ਹੈ ਜੀ। ਮੋਬਾਈਲ ਨੰਬਰ, ਇਹ ਮੋਬਾਈਲ ਨੰਬਰ ਹੈ ਜਿਹੜਾ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ। ਤਾਂ ਹੁਣ ਅਗਲੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਲ ਔਨਲਾਈਨ ਅਪਲਾਈ ਕਿਵੇਂ ਕਰੀਏ। ਤਾਂ ਦੋਸਤੋ, ਜੇ ਇਹ ਸਕੀਮ ਦਾ ਤੁਸੀਂ ਲਾਭ ਲੈਣਾ ਹੈ ਤਾਂ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ, ਇਹਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਠੀਕ ਹੈ ਜੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਜਾਣਕਾਰੀ ਜਿਹੜੀ ਦੇਣ ਵਾਲੀ ਹੈ ਤੁਸੀਂ, ਠੀਕ ਹੈ ਜੀ, ਦਰਖਾਸਤ ਦੇਣੀ ਪਵੇਗੀ, ਜਿਵੇਂ ਕਿ ਹੇਠਾਂ ਦਰਖਾਏ। ਇੱਕ ਔਨਲਾਈਨ ਦਰਖਾਸਤ ਦੇਣੀ ਪੈਂਦੀ ਹੈ, ਠੀਕ ਹੈ ਜੀ, ਯਾਨੀ ਕਿ ਔਨਲਾਈਨ ਫਾਰਮ ਭਰਨਾ ਪੈਂਦਾ ਹੈ। ਤਾਂ ਜਿਵੇਂ ਕਿ ਅਸੀਂ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ, ਧਿਆਨ ਨਾਲ ਤੁਸੀਂ ਸੁਣਨਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਸਾਹਮਣੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਅਧਿਕਾਰਿਕ ਵੈਬਸਾਈਟ, ਯਾਨੀ ਕਿ PMAYMIS.gov.in 'ਤੇ ਜਾ ਕੇ, ਠੀਕ ਹੈ ਜੀ, ਇਹਦਾ ਹੋਮ ਪੇਜ ਖੋਲ੍ਹਣਾ ਹੈ। ਜਦੋਂ ਤੁਸੀਂ ਹੋਮ ਪੇਜ ਖੋਲ੍ਹੋਗੇ, ਇਹਦਾ ਯਾਨੀ ਕਿ ਵੈਬਸਾਈਟ ਖੋਲ੍ਹੋਗੇ, ਤਾਂ ਤੁਹਾਨੂੰ ਮੇਨ ਬਾਰ ਦੇ ਵਿੱਚ 3 ਪਾਈ ਦਿਖਾਈ ਦੇਣਗੀਆਂ, ਠੀਕ ਹੈ ਜੀ। ਤੁਹਾਨੂੰ ਉਸ ਤੋਂ ਬਾਅਦ 3 ਪਾਈਆਂ ਦਿਖਾਈਆਂ ਦੇਣਗੀਆਂ, ਯਾਨੀ ਕਿ ਲੈਣਾ ਜੀ ਐਵੇਂ ਦਿਖਾਈ ਦੇਣਗੀਆਂ, ਠੀਕ ਹੈ ਜੀ। ਉਹ ਲੈਣਾ 'ਤੇ ਤੁਸੀਂ ਕਲਿੱਕ ਕਰਨਾ ਹੈ, ਠੀਕ ਹੈ, ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਹੈ। ਹੁਣ ਤੁਹਾਨੂੰ ਉਸ ਤੋਂ ਬਾਅਦ ਸਾਹਮਣੇ ਕੁਝ ਵਿਕਲਪ ਦਿਖਾਈ ਦੇਣਗੇ। ਇਸ ਦੇ ਵਿੱਚ ਤੁਹਾਨੂੰ ਕੀ ਦਿਖਾਈ ਦੇਗਾ ਦੋਸਤੋ, ਆਵਾਸ ਸੋਫਟ ਦੇ ਨਾਂ 'ਤੇ ਇੱਕ ਵਿਕਲਪ ਦਿਖਾਈ ਦੇਗਾ। ਜੇ ਤੁਸੀਂ ਉਸ 'ਤੇ ਕਲਿੱਕ ਕਰਦੇ ਹੋ ਤਾਂ ਉਸ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇੱਕ ਪੂਰੀ ਲਿਸਟ ਖੁੱਲ੍ਹ ਜਾਵੇਗੀ, ਜਿਸ ਦੇ ਵਿੱਚ ਤੁਹਾਨੂੰ ਡੇਟਾ ਐਂਟਰੀ ਦਾ ਵਿਕਲਪ ਮਿਲਣਾ ਚਾਹੀਦਾ ਹੈ, ਤਾਂ ਤੁਹਾਨੂੰ ਮਿਲ ਜਾਏਗਾ, ਤਾਂ ਤੁਸੀਂ ਉਸ 'ਤੇ ਕਲਿੱਕ ਕਰਨਾ ਹੈ, ਠੀਕ ਹੈ ਜੀ। ਆਵਾਸ ਸੋਫਟ ਦਾ ਹੋ ਗਿਆ ਜੀ, ਹੁਣ ਤੁਹਾਡੇ ਸਾਹਮਣੇ ਇੱਕ ਪੂਰੀ ਲਿਸਟ ਖੁੱਲ੍ਹ ਜਾਵੇਗੀ, ਡੇਟਾ ਐਂਟਰੀ ਦਾ ਵਿਕਲਪ ਹੋ ਚੁਣਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹ ਕੇ ਆਵੇਗਾ, ਆਵਾਸ, ਠੀਕ ਹੈ ਜੀ। ਆਵਾਸ ਦਾ ਡੇਟਾ ਐਂਟਰੀ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ, ਕਿਉਂਕਿ ਆਪਾਂ ਆਵਾਸ ਯੋਜਨਾ ਦਾ ਫਾਰਮ ਭਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣਾ ਰਾਜ ਅਤੇ ਜ਼ਿਲ੍ਹਾ ਚੁਣਨਾ ਹੋਵੇਗਾ ਕਿ ਤੁਸੀਂ ਕਿਹੜੇ ਰਾਜ, ਯਾਨੀ ਕਿ ਇਹ ਦੇਸ਼ ਦੇ ਕੋਈ ਵੀ ਨਾਗਰਿਕ ਅਪਲਾਈ ਕਰ ਸਕਦਾ ਹੈ, ਜਿਵੇਂ ਕਿ ਤੁਸੀਂ ਪਹਿਲਾਂ ਹੀ ਅਸੀਂ ਇਹ ਦੱਸ ਚੁੱਕੇ ਹਾਂ, ਭਾਰਤ ਦਾ 27 ਨਿਵਾਸੀ ਹੋਣਾ ਚਾਹੀਦਾ ਹੈ। ਜੇ ਤੁਹਾਡਾ ਆਵਾਸ ਜਿਹੜਾ ਪੰਜਾਬ ਹੈ ਤਾਂ ਪੰਜਾਬ ਚੁਣਨਾ, ਉਸ ਤੋਂ ਬਾਅਦ ਤੁਸੀਂ ਸੰਗਰੂਰ ਦੇ ਸੰਗਰੂਰ 'ਚ, ਪਟਿਆਲਾ ਦੇ ਪਟਿਆਲਾ, ਯਾਨੀ ਕਿ ਜ਼ਿਲ੍ਹਾ ਚੁਣਨਾ ਹੋਵੇਗਾ। ਅਤੇ ਥੱਲੇ ਆ ਜਾਏਗਾ ਕੰਟੀਨਿਊ ਦਾ ਬਟਨ, ਅਤੇ ਉੱਥੇ ਤੁਸੀਂ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਜੀ ਇੱਥੇ ਤੁਹਾਨੂੰ ਆਪਣਾ ਉਪਭੋਗਤਾ ਨਾਮ, ਪਾਸਵਰਡ, ਕੈਪਚਾ, ਕੋਡ ਵਰਗੀ ਜਾਣਕਾਰੀ ਭਰਨੀ ਹੋਵੇਗੀ, ਯਾਨੀ ਕਿ ਉੱਥੇ ਤੁਸੀਂ ਇੱਕ ਸਾਈਨਅਪ ਦਾ ਆਪਸ਼ਨ ਹੋਵੇਗਾ, ਉੱਥੇ ਤੁਸੀਂ ਸਾਈਨਅਪ ਕਰ ਲੈਣਾ, ਯਾਨੀ ਕਿ ਤੁਹਾਡੀ ਇੱਕ ਯੂਜ਼ਰ ਆਈਡੀ ਬਣ ਜਾਏਗੀ, ਠੀਕ ਹੈ ਜੀ, ਇੱਕ ਪਾਸਵਰਡ ਬਣ ਜਾਏਗਾ ਉਹ ਜਿਹੜਾ ਕਿ ਤੁਹਾਡੇ ਕੋਲ ਹੀ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਸਰਕਾਰ ਸਕਰੀਨ 'ਤੇ ਇੱਕ ਲਾਭਪਾਤਰੀ ਰਜਿਸਟ੍ਰੇਸ਼ਨ ਫਾਰਮ ਖੁੱਲ੍ਹੇਗਾ, ਠੀਕ ਹੈ ਜੀ। ਜਦੋਂ ਉਹ ਖੁੱਲ੍ਹ ਗਿਆ ਦੋਸਤੋ, ਤੁਹਾਨੂੰ ਆਪਣੇ ਨਿੱਜੀ ਵੇਰਵੇ, ਜਿਵੇਂ ਕਿ ਤੁਹਾਡੇ ਨਿੱਜੀ ਵੇਰਵੇ ਹਨ, ਠੀਕ ਹੈ ਜੀ, ਤੁਹਾਡਾ ਨਾਮ ਕੀ ਹੈ, ਠੀਕ ਹੈ ਜੀ, ਉਹ ਸਾਰਾ ਕੁਝ ਦੱਸਣਾ ਹੋਵੇਗਾ। ਲਾਭਪਾਤਰੀ ਬੈਂਕ ਵੇਰਵੇ ਦੱਸਣੇ ਹੋਣਗੇ, ਲਾਭਪਾਤਰੀ ਕਨਵਰਸ਼ਨ ਵੇਰਵੇ ਦੱਸਣੇ ਹੋਣਗੇ ਕਿ ਤੁਸੀਂ ਕੰਮ ਕੀ ਕਰਦੇ ਹੋ, ਕਿੱਥੇ ਰਹਿੰਦੇ ਹੋ, ਠੀਕ ਹੈ ਜੀ, ਸਾਰਾ ਕੁਝ ਦੱਸਣਗੇ। ਇਨਕਮ ਕਿੰਨੀ ਹੈ ਤੁਹਾਡੇ ਕੋਲ, ਕਦੋਂ ਤੋਂ ਭਾਰਤ ਦੇ ਵਿੱਚ ਰਹਿ ਰਹੇ ਹੋ, ਤੁਹਾਨੂੰ ਕਦੇ ਜਿਹੜਾ
ਆਵਾਸ ਯੋਜਨਾ ਪੱਕੇ ਮਕਾਨ ਪਹਿਲਾਂ ਹੈ ਜਾਂ ਨਹੀਂ ਹੈ, ਆਵਾਸ ਯੋਜਨਾ ਦਾ ਪਹਿਲਾਂ ਲਾਭ ਮਿਲਿਆ ਹੈ ਜਾਂ ਨਹੀਂ ਮਿਲਿਆ, ਜਾਂ ਫਿਰ ਕੋਈ ਹੋਰ ਸਕੀਮ ਦਾ ਲਾਭ ਮਿਲਿਆ ਨਹੀਂ ਮਿਲਿਆ, ਲੋਨ ਲਿਆ ਹੈ ਜਾਂ ਨਹੀਂ ਲਿਆ, ਇਹ ਸਾਰਾ ਕੁਝ ਭਰਨਾ ਹੋਵੇਗਾ। ਆਖਰੀ ਕਾਲਮ ਦੇ ਵਿੱਚ ਜੋ ਵੀ ਤੁਸੀਂ ਵੇਰਵੇ ਹਨ ਉਹ ਸੰਬੰਧਿਤ ਦਫ਼ਤਰ ਦੇ ਵਿੱਚ ਹੀ ਭਰੇ ਜਾਣਗੇ, ਠੀਕ ਹੈ ਜੀ। ਬਾਕੀ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਫਾਰਮ ਭਰੋਗੇ, ਜਦੋਂ ਉਸ ਫਾਰਮ ਦੇ ਉੱਤੇ ਜੇ ਕੋਈ ਐਵੇਂ ਦਾ ਨਿਸ਼ਾਨ ਲੱਗਾ ਹੋਇਆ ਲਾਲ ਰੰਗ ਦਾ, ਠੀਕ ਹੈ ਜੀ, ਇਹ ਮੈਂਡੇਟਰੀ ਹੈ, ਠੀਕ ਹੈ ਜੀ। ਇਸ ਖਾਨ ਜਿਹੜੇ ਇਹਦੇ ਸਾਹਮਣੇ ਖਾਨੇ ਹੋਣਗੇ, ਠੀਕ ਹੈ ਜੀ, ਉਹ ਤੁਸੀਂ ਜ਼ਰੂਰ ਭਰਨੇ ਨੇ, ਅਤੇ ਜਿਹੜੇ ਖਾਨੇ ਐਵੇਂ ਸਿੰਪਲ ਹੋਣਗੇ, ਉਹਨਾਂ ਦੇ ਅੱਗੇ ਕੁਛ ਨਾ ਹੋਇਆ, ਠੀਕ ਹੈ ਜੀ, ਸਾਫ਼ ਹੋਏ, ਤਾਂ ਉਹ ਤੁਸੀਂ ਛੱਡ ਵੀ ਸਕਦੇ ਹੋ, ਠੀਕ ਹੈ ਜੀ। ਇਹ ਮੈਂਡੇਟਰੀ ਹੁੰਦੇ ਆ ਸਟਾਰ ਵਾਲੇ। ਇਸ ਤੋਂ ਬਾਅਦ ਪੂਰੀ ਪ੍ਰਕਿਰਿਆ ਦਾ ਧਿਆਨ ਦੇ ਨਾਲ ਪਾਲਣ ਕਰਕੇ ਤੁਸੀਂ ਔਨਲਾਈਨ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਅਰਜ਼ੀ ਦੇ ਸਕਦੇ ਹੋ, ਅਤੇ ਉਸ ਤੋਂ ਜਦੋਂ ਤੁਹਾਡੀ ਅਰਜ਼ੀ ਹੈ ਜਿਹੜੀ ਸਕਸੈਸਫੁਲ ਹੋ ਗਈ, ਅਤੇ ਤੁਹਾਨੂੰ ਜਿਹੜਾ ਲੋਨ ਹੈ ਉਹਦੇ ਲਈ ਫੋਨ ਆ ਜਾਏਗਾ, ਅਤੇ ਉਹ ਤੁਹਾਡਾ ਜਿਹੜਾ ਬੈਂਕ ਅਕਾਊਂਟ ਹੈ ਸਾਰਾ ਕੁਛ ਤੁਹਾਨੂੰ ਡਿਟੇਲ ਸਟੇਟਸ ਚੈੱਕ ਕਰਦੇ ਰਹਿਣਾ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਬੈਂਕ ਅਕਾਊਂਟ ਹੈ ਉਹਦੇ ਵਿੱਚ ਦੋਸਤੋ ਤੁਹਾਨੂੰ ਜਿਹੜਾ ਲੋਨ ਅਮਾਊਂਟ ਮਿਲ ਜਾਵੇਗਾ, ਕਿੰਨਾ ਤੁਸੀਂ ਪੈਸਾ ਲੈਣਾ ਚਾਹੁੰਦੇ ਹੋ ਸਾਰਾ ਕੁਛ ਤੁਹਾਨੂੰ ਬੈਂਕ ਵੱਲੋਂ ਇਹ ਦੱਸਿਆ ਜਾਏਗਾ, ਅਤੇ ਉਸ ਤੋਂ ਬਾਅਦ ਤੁਸੀਂ ਪੈਸਾ ਭਰੋਗੇ, ਤਾਂ ਦੋਸਤੋ ਸਰਕਾਰ ਵੱਲੋਂ 1.5 ਲੱਖ ਤੋਂ ਲੈ ਕੇ, ਯਾਨੀ 1,20,000 ਤੋਂ ਲੈ ਕੇ 2.5 ਲੱਖ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਤਾਂ ਦੋਸਤੋ ਜੇ ਕੋਈ ਤੁਸੀਂ ਹੋਰ ਵੀ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਕਮੈਂਟ ਦੇ ਵਿੱਚ ਜੇ ਤੁਹਾਨੂੰ ਕੁਛ ਸਮਝ ਨਹੀਂ ਆਇਆ ਹੋਵੇ ਤਾਂ ਉਹ ਵੀ ਪੁੱਛ ਸਕਦੇ ਹੋ, ਅਤੇ ਅਸੀਂ ਉਹਦੀ ਵੀ ਜਾਣਕਾਰੀ ਤੁਹਾਨੂੰ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਧੰਨਵਾਦ ਜੀ।